ਬੜੇ ਕੀਮਤੀ ਸਾਡੇ ਲਮਹਾਤ ਹੈ। ਮੈਂ ਅੰਕਲ ਹੁਣਾਂ ਦੇ ਨਾਲ ਪ੍ਰਦੀਪ ਚੌਹਾਨ ਦੇ ਬਾਬਾ ਜੀ ਦੇ ਨਾਲ ਇਸ ਵੇਲੇ ਕਰਤਾਰਪੁਰ ਚ ਫਿਰ ਰਿਹਾ। ਲਓ ਜੀ ਇਹ ਹੁਣ ਸਾਰੀ ਰੂਹਾਨੀਅਤ ਹੈ ਬਾਬਾ ਜੀ ਦੇ ਦਰਸ਼ਨ। ਇਹ ਦੇਖੋ ਸਭ ਰੌਣਕਾਂ ਲੱਗੀ ਤੇ ਇਰਦ ਗਿਰਦ ਮੰਦਰ ਹੈ ਗੁਰਦੁਆਰਾ ਸਾਹਿਬ ਦੇ, ਇਰਦ ਗਿਰਦ ਪੰਜਾਬ ਦੀ ਵਿਸ਼ਾਲ ਧਰਤੀ ਹੈ ਤੇ ਸਾਡੀਆਂ ਗੱਲਾਂ ਬਾਤਾਂ ਹੈ। ਤੇ ਇਹਨਾਂ ਨੇ ਹਜੇ 10-12 ਸਾਲ ਬਾਅਦ 15 ਸਾਲ ਬਾਅਦ ਫਿਰ ਮੈਨੂੰ ਇੰਟਰਵਿਊ ਦੇਣਾ ਇੱਕ ਵਾਰੀ। ਬਿਲਕੁਲ ਦੇਵਾਂਗੇ, ਬਿਲਕੁਲ ਦੇਵਾਂਗੇ। ਅਸੀਂ ਚਲੋ ਉਮਰ ਜੇ ਰਹੀ ਤਾਂ ਰਹੂਗੀ ਰਹੂਗੀ, ਅਸੀਂ ਤਾਂ ਮੰਨਣਾ ਨੀ ਕਿਉਂਕਿ ਉਹ ਅੰਦਰੋਂ ਮੁੱਕਣ ਵਾਲੀ ਗੱਲ ਹੈ। ਮੀਆਂ ਮੁਹੰਮਦ ਸਾਹਿਬ ਨਾ ਜੀ ਇੱਕ ਬਹੁਤ ਫੇਮਸ ਪੋਇਟ ਹੈ ਇੱਥੇ ਨਾ ਸਾਡੇ, ਮੀਆਂ ਮੁਹੰਮਦ ਬਖਸ਼, ਉਹ ਪਾਰਟੀਸ਼ਨ ਤੋਂ ਬਾਅਦ ਜ਼ਿਆਦਾ ਫੇਮਸ ਹੋਏ ਆ। ਉਹ ਵਾਰਿਸ ਸਾਹਿਬ ਦੇ ਬਰਾਬਰ ਦਾ ਸ਼ਾਇਰ ਹੈ। ਉਹਨਾਂ ਦਾ ਇੱਕ ਸ਼ੇਰ ਹੈ ਕਿ ਹਰ ਦਮ ਪੀੜ ਲੱਕੇ ਵਿੱਚ ਰਹਿੰਦੀ ਲੱਕ ਚ, ਹਰ ਦਮ ਪੀੜ ਲੱਕੇ ਵਿੱਚ ਰਹਿੰਦੀ, ਲੋਕੀ ਕਹਿੰਦੇ ਚੁੱਕ, ਅਸਲੀ ਗੱਲ ਮੁਹੰਮਦ ਬਖਸ਼ਾ ਅੰਦਰੋਂ ਗਈ ਹੈ ਮੁੱਕ। ਅਸੀਂ ਅੰਦਰੋਂ ਨੀ ਮੰਨਣਾ, ਬਾਹਰੋਂ ਮੰਨੀ ਜਾਈਏ ਬਸ਼ਾ ਕਹਿ, ਅੰਦਰੋਂ ਨੀ ਨਾ ਮੰਨਣਾ ਅਸੀਂ। ਚਲੋ ਸ਼ਾਹ ਸਾਹਿਬ ਵੀ ਆ ਗਿਆ ਜੀ ਸਾਡੇ ਨਾਲ, ਹੈ ਸਾਡੀਆਂ ਫੋਟੋਆਂ ਨੂੰ ਹੋਰ ਸੋਹਣਾ ਕਰ ਦਿੱਤਾ ਕਿਉਂਕਿ ਰਾਈ ਜਦੋਂ ਆ ਜਾਂਦਾ ਨਾ ਜੀ ਪੰਜਾਬ ਦੇ ਲੋਕਾਂ ਦੇ ਵਿੱਚ ਜੀ, ਤੇ ਖੂਬਸੂਰਤੀ ਤਾਂ ਆ ਜਾਂਦੀ ਨਾ ਜੀ ਫਿਰ ਰਾਈ ਦੇ ਨਾਲ। ਹੈ ਅੱਛਾ ਇਹ ਦੱਸੋ ਜਿਹੜੇ ਸੈਣੀ ਆ ਉਧਰ ਕਹਿੰਦੇ ਉਹ ਵੀ ਰਾਈਆਂ ਦੇ ਸਾਡਿਆਂ ਦੇ ਕਰੀਬ ਕਰੀਬ ਆ, ਇਹ ਹੈ ਗੱਲ ਕੋਈ? ਸੈਣੀ ਅੱਛਾ ਨਹੀਂ ਨਹੀਂ ਇੱਕ ਦੋ ਸੈਣੀਆਂ ਨੇ ਕਿਹਾ ਵੀ ਸਾਡਾ ਇਹਨਾਂ ਨਾਲ ਕੋਈ ਨਹੀਂ, ਪੁਰਾਣਾ ਕੋਈ ਹੋਊਗਾ ਲੇਕਿਨ ਮੈਨੂੰ ਇੰਨੀ ਜਾਣਕਾਰੀ ਨਹੀਂ ਹੈ। ਅੱਛਾ ਹੈਗੇ ਠੀਕ ਹੈ ਸਾਡੇ ਸੈਣੀ ਜਿਹੜੇ ਹੈਗੇ ਬਹੁਤ ਅੱਛੇ ਅੱਛੇ ਸੈਣੀ ਹੈ, ਬਹੁਤ ਅੱਛੇ ਸਾਡੇ ਪਿੰਡ ਵੀ ਸੈਣੀਆਂ ਸੈਣਦੇ ਪੂਰੇ ਪੂਰੇ ਪਿੰਡ। ਜ਼ਿਆਦਾ ਉਹ ਕਾਸ਼ਤਕਾਰ ਕਬੀਲਾ ਮੰਨਿਆ ਜਾਂਦਾ ਜਾਂ ਜ਼ਿਮੀਂਦਾਰ? ਜ਼ਿਮੀਂਦਾਰ ਕਬੀਲਾ ਤੇ ਰੰਗ ਰੂਪ ਵੱਲੋਂ ਇੱਕੋ ਜਿਹਾ ਬਰਾਬਰ ਜਿੱਦਾਂ ਅਸੀਂ ਜਿੱਦਾਂ ਅਸੀਂ, ਹਾਂ ਹਾਂ ਸੈਣੀ ਵੀ ਇਸੇ ਤਰ੍ਹਾਂ। ਠੀਕ ਹੈ ਠੀਕ, ਸਾਰੀਆਂ ਬਰਾਦਰੀਆਂ ਸਾਡੀਆਂ ਇੱਕੋ ਹੀ ਹੈ, ਨੈਣ ਨਕਸ਼ ਇੱਕ ਜਿਹਾ, ਨੈਣ ਨਕਸ਼ ਇੱਕੋ ਜਿਹਾ, ਜੱਟਾਂ ਦੇ ਵੀ, ਸਰਦਾਰਾਂ ਦੇ ਵੀ, ਹਿੰਦੂਆਂ ਦੇ ਵੀ, ਸਾਰਿਆਂ ਦੇ, ਰਾਜਪੂਤਾਂ ਦੇ, ਬ੍ਰਾਹਮਣ ਦੇ, ਖੱਤਰੀ ਦੇ, ਸਭ ਨੈਣ ਨਕਸ਼ ਇੱਕੋ ਜਿਹਾ ਇੱਕ ਤਰ੍ਹਾਂ ਦੇ। ਨਹੀਂ ਹੁਣ ਇਹ ਹਜ਼ਾਰਾਂ ਸਾਲਾਂ ਤੋਂ ਇੱਕ ਜਗ੍ਹਾ ਰਹਿ ਜੋ ਰਹੇ, ਆ ਤਾਂ ਹੁਣ ਆ ਕੇ ਲੋਕ ਦੂਰ ਦੂਰ ਹੋ ਗਏ, ਅੱਗੇ ਆਪਸ ਮੇਰਾ ਤਾਂ ਖਿਆਲ ਰਿਸ਼ਤੇ ਨਾਤੇ ਵੀ ਹੁੰਦੇ ਹੋਣਗੇ ਕਿਸੇ ਜ਼ਮਾਨਿਆਂ ਚ, ਪੁਰਾਣੇ ਚ ਜਾਵੇ ਹੁਣ ਉਸ ਤਰ੍ਹਾਂ ਨਹੀਂ, ਪੁਰਾਣੇ ਜ਼ਮਾਨੇ ਗੋਤ ਨਹੀਂ ਕਰਦੇ। ਨਹੀਂ ਮੈਂ ਨਹੀਂ, ਮੈਂ ਤਾਂ ਰਾਧਾ ਸਵਾਮੀ ਆ ਜੀ। ਹਾਂ ਹਾਂ ਮੈਂ ਰਾਧਾ ਸਵਾਮੀ, ਉਹ ਸਤਸੰਗ ਵਾਲੇ ਸਵਾਮੀ ਸਾਡੇ ਬਾਬਾ ਬਿਆਸ ਵਾਲੇ। ਹਾਂਜੀ ਹਾਂਜੀ, ਮੇਰੇ ਕੋਲ ਉਹਨਾਂ ਦਾ ਬੜਾ ਲਿਟਰੇਚਰ ਪਿਆ। ਮੈਂ ਤਾਂ ਜੀ ਉਹਨਾਂ ਤੋਂ 99 ਚ ਨਾਮਦਾਨ ਲਿਆ ਸੀ ਤੇ ਪਹਿਲਾਂ ਮੈਂ ਕਰਦਾ ਰਿਹਾ। 25 ਸਾਲ ਹੋ ਗਏ ਮੈਨੂੰ ਇਹ ਕੰਮ ਛੱਡੇ ਨੂੰ, ਸ਼ਰਾਬ ਮੀਟ ਆਂਡਾ ਪਹਿਲਾਂ ਮਹਿਕਮੇ ਪੁਲਿਸ ਵਿੱਚ ਜਾ ਕੇ ਮਿਲੂ ਤਾਂ ਸ਼ੱਕ ਨਾ ਛੱਡਦੇ, ਮੀਟ ਆਂਡਾ ਚਲੋ ਛੱਡਤਾ, ਸ਼ਰਾਬ ਥੋੜੀ ਥੋੜੀ ਪੀ। ਨਹੀਂ ਜੀ ਉਹ ਸਿਹਤ ਵਿੱਚ ਖਰਾਬ, ਨਹੀਂ ਸਿਹਤ ਸੂਤ ਨਹੀਂ। ਜਦੋਂ ਇੱਧਰ ਆ ਗਏ ਆਪਾਂ ਅੱਛਾ ਰਾਧਾ ਸਵਾਮੀ ਤੋਂ ਨਾਮ ਲੈ ਲਿਆ ਬਾਬਾ ਜੀ ਤੋਂ, ਹਾਂ ਹਾਂ, ਫਿਰ ਨਹੀਂ ਇਹ ਸਾਡੇ ਦਾ ਉਸ ਠੀਕ ਨਹੀਂ ਹੈ, ਫਿਰ ਅਸੀਂ ਤਾਂ ਫਿਰ ਸਾਰਾ ਕੁਝ ਗਲਤ ਕਰ ਜਾਾਂਗੇ ਜੇ ਇਹ ਕੰਮ ਕਰ ਲਾਂਗੇ। ਅੱਛਾ ਗਾਲੇ ਖਾਣੀ ਫਿਰ ਤਾਂ ਸਾਡੀ ਲੈਣ ਦਾ ਨਾਮ ਦਾ ਲੈਣ ਦਾ ਵੀ ਕੋਈ ਫਾਇਦਾ ਨਹੀਂ ਹੋਊਗਾ। ਤੰਬਾਕੂ ਤਾਂ ਵੀ ਮਨਾ ਕਰਦੇ? ਬਿਲਕੁਲ, ਤੰਬਾਕੂ ਤੰਬੂਕੂ ਅਸੀਂ ਕੁਝ ਨਹੀਂ ਖਾਂਦੇ ਪੀਂਦੇ ਜੀ। ਅੱਛਾ ਅੱਛਾ, ਕੋਈ ਨਸ਼ਾ ਨਹੀਂ ਜੀ। ਮੇਰਾ ਦੋਸਤ ਸੀ ਜੀ 2001 ਚ ਦਿੱਲੀ ਚ ਨਾ, ਸ਼ਸ਼ੀ ਮਹਿਰਾ, ਉਹਦੇ ਮੁਲਤਾਨ ਤੋਂ ਸੀ, ਉਹਦੇ ਫੋਰ ਫਾਦਰ ਕਾਫੀ ਸਦੀਆਂ ਪਹਿਲੇ ਤੇ ਦਿੱਲੀ ਚ ਆਬਾਦ ਹੈ, ਅੱਛਾ ਬਿਜ਼ਨਸਮੈਨ ਹੈ। ਉਹਨੇ ਮੈਨੂੰ ਬੁੱਕਸ ਦਿੱਤੀਆਂ, ਨਾਲੇ ਮੈਨੂੰ ਇੱਕ ਸੰਗਤ ਚ ਵੀ ਲੈ ਕੇ ਗਿਆ ਦਿੱਲੀ ਚ। ਬਹੁਤ ਬੜਾ ਹਾਲ ਸੀ ਜੀ, ਲੋਕ ਏਡੀ ਤਰਤੀਬ ਨਾਲ ਸਾਫ ਸੁਥਰੇ ਤਰੀਕੇ ਨਾਲ ਬੈਠੇ ਸੀ। ਫਿਰ ਸਾਰਿਆਂ ਨੇ ਕਿਰਤ ਕੀਤੀ ਬਾਅਦ ਚ, ਅੱਛਾ ਜੀ, ਪਿੱਛੇ ਇੱਕ ਨਾ ਬਰਾਸ ਗਈ ਜਗ੍ਹਾ ਖੁੱਲੀ, ਉਹਦੇ ਚ ਜਾ ਕੇ ਸਾਰਿਆਂ ਨੇ ਨਾ ਜੀ ਫਿਰ ਕੰਮ ਕੀਤਾ ਫਿਜ਼ੀਕਲੀ ਥੋੜਾ ਥੋੜਾ। ਉਹ ਮੈਨੂੰ ਬੜਾ ਪਸੰਦ ਆਇਆ, ਮੈਂ ਕਿਹਾ ਇਹ ਬਹੁਤ ਅੱਛਾ ਹੈ। ਮੈਂ ਜਿਹੜਾ ਰਿਟਾਇਰ ਤੇ ਹੁਣ ਤੇ ਬਾਅਦ ਮੈਂ ਜ਼ਿਮੀਦਾਰਾ ਮੇਰਾ ਕਾਫੀ ਹੈ, ਤੇ 25-30 ਕਿੱਲੇ ਦੇ ਕਰੀਬ ਹੈ। ਮੈਂ ਜ਼ਿਮੀਦਾਰਾ ਕਰਾਉਣਾ ਹੁੰਦਾ ਤਾਂ ਨਹੀਂ, ਮੈਂ ਇਸੇ ਕਰਕੇ ਮੇਰੀ ਸਿਹਤ ਦਾ ਰਾਜ ਠੀਕ ਦਾ ਇਹੀ ਹੈ, ਮੈਂ ਕੰਮ ਕਰਵਾਉਣਾ, ਜ਼ਿਮੀਦਾਰਾ ਕਰਾਉਂਦਾ, ਸੈਰ ਕਰਦਾ, ਕੰਮ ਕਰਾਉਂਦਾ। ਮੈਂ ਆਪੇ ਵੀ ਮੈਂ ਕਈ ਵਾਰ ਫੜ ਲੈਣਾ, ਕਈ ਲਿਆਓ ਵੀ ਕੋਈ ਖਰਚ ਨਹੀਂ। ਫਿਰ ਠੀਕ, ਤੁਸੀਂ ਇੱਦਾਂ ਕਰਿਓ, ਮੈਂ ਵੀ ਇੱਕ ਕੰਮ ਕਰਦਾ, ਜਿਹੜੀਆਂ ਕਈਆਂ ਨਾ ਸਾਡੀਆਂ ਪੁਰਾਣੀਆਂ ਹੈ ਛੋਟੀਆਂ, ਹਾਂਜੀ ਹਾਂਜੀ, ਦਸਤਾ ਬੜਾ ਪਵਾ ਕੇ ਨਾ ਜੀ ਤੇ ਹਲਕੀ ਕਈ ਲੈ ਲਿਓ, ਬੰਦਾ ਸਿੱਧਾ ਖੜਾ ਖੜਾ ਵੀ ਛੋਟਾ ਮੋਟਾ ਕੰਮ ਕਰ ਲੈਂਦਾ। ਉਹ ਸਾਡਾ ਬਾਗ ਹੈ ਤੇ ਮੈਂ ਉਹਦੇ ਅੰਬਾਂ ਅੰਬਾਂ ਦੇ ਬੂਟਿਆਂ ਲਈ ਬਾਗ ਲਈ ਨਾ ਜੀ, ਉਹ ਕਦੀ ਕਿਤੇ ਐਕਟੀਵਿਟੀ ਕਰਦਾ ਤੇ ਛੋਟੀ ਮੋਟੀ, ਤਾਂ ਉਹ ਫਿਰ ਬੜਾ ਮਜ਼ੇਦਾਰ। ਲਓ ਜੀ ਇਹ ਹੁਣ ਸਾਰੀ ਰੂਹਾਨੀਅਤ ਹੈ ਬਾਬਾ ਜੀ ਦੇ ਦਰਸ਼ਨ। ਇਹ ਦੇਖੋ ਸਭ ਰੌਣਕਾਂ ਲੱਗੀਆਂ, ਪਿੱਛੇ ਸਰਦੀਪ ਹੋਰੀ ਵੀ ਆ ਰਹੇ, ਭੋਗਲਾ ਸਾਹਿਬ ਆ ਰਹੇ ਮੇਰੇ ਦੋਸਤ ਨਾਲ। ਲਓ ਜੀ ਫਿਰ ਸੰਗਤ ਖਤਮ ਹੋਈ ਰਾਤ।